PSPCL कर्मचारियों वालों किसान जथेबंदियों के नाल PSPCL दे एक्सियन जलालाबाद के खिलाफ ही PSPCL के दफ्तर में दिता गया धरना। मुलाजमान वालों लगाए गए एक्सियन से धक्केशाही ते मनमानी करन दे आरोप, जिस करके अज दिता गया धरना। इस तो बाद एक्सियन PSPCL जलालाबाद ने की कुछ किया, इस सब कुछ जानने लई साडे नाल बने रहो। मैं सब तो पहला भारतीय किसान यूनियन डगौंदा ब्लाक प्रधान योगा सिंह मोदीपुर अज जो एक इंपलाइज उमर सिंह एक्शन के वालों परेशान किया गया, उस दे मकसद दे विच साडी जिहड़ी साडे जिले के प्रधान हरीश नड्डा जी वालों ड्यूटी लाई गई, असी उस ड्यूटी नूं निभाउण दे वास्ते अज इन्हां दे अपलाई की सपोर्ट दे विच आए हां। अगर उमर सिंह इन्हां दे कोलों जिन्नी देर तक सॉरी फील नहीं करता, साडी जिहड़ी यूनियन है वह इन्हां अपलाई दे नाल मोढे दे नाल मोढा जोड़ के खड़ी रही। मामला की होया? देखो जी, मामला पिछे इदां नहीं कोई तार डिगी सी, जिस दे मकसद ते इन्होंने उन्होंने को कुछ देर लिए परमिट मंगिया, पर उन्होंने अपने एक्शन तो पुछना जाए जो ग्रेटर एक्शन वखरा होंगे। जो उन्होंने पुछण ते कुछ समा लग गया, ये पार्टी से गए थे फिरोजपुर, उतों आ के सीधा इन्होंने जाके ग्रिड से उस जिहड़ा इंपलाइज यूनियन का उत्थे बैठा सीगा मुलाजम जिहड़ा ड्यूटी ते सी, उहदे नाल अपशब्द जिहड़े आ उह बहुत ज़्यादा मंदभागी गल जिहड़े इन्होंने बोले आ। साडी मंग यह है कि सब तो पहला असीं बहुत बार आ चुके हैं, साडे वीर जी खड़े आ प्रधान जी ने साडे, इन्होंने एक कनैक्शन सीगा उदों भी सानूं कहिंदा नीली किताब है, जदों कोई आना नीली किताब है, कोई भी काम मंगना नीली किताब है। यह तो साडी इक्को मंग है कि जल्द तो जल्द उमर सिंह एक्शन नूं इत्थों बदली किया जाए, तो सानूं कोई इत्थे एक्शन होर मुहैया करा। नीली किताब दे जिहड़ा की है ਇਹ ਸਾਨੂੰ ਨਹੀਂ ਸਮਝ ਆ ਰਹੀ, ਉਹਦੇ ਵਿੱਚ ਕਾਨੂੰਨ ਦੱਸ ਰਿਹਾ ਜਿਹੜੀ ਸਾਨੂੰ ਲੋੜ ਹੁੰਦੀ ਹੈ ਉਹਦੇ ਬਾਰੇ ਸਾਡੇ ਇੱਕ ਨੀਲੀ ਕਿਤਾਬ ਰੱਖ ਦਿੰਦਾ। ਜਦੋਂ ਅਸੀਂ ਗ੍ਰਿਡ 'ਚ ਆਉਣੇ ਆ ਕਹਿੰਦਾ ਮੈਂ ਐਕਸੀਅਨ ਆ, ਤੇ ਜਦੋਂ ਸਾਨੂੰ ਕੋਈ ਗ੍ਰਿਡ ਦੇ ਨਾਲ ਕੰਮ ਹੁੰਦਾ, ਜਿਸ ਤਰ੍ਹਾਂ ਪਿਛਲੇ ਦਿਨੀ ਗੁਰੂਵਰ ਸਾਹਿਬ ਸਾਨੂੰ ਬਹੁਤ ਵੱਡਾ ਇੱਕ ਕੰਮ ਸੀਗਾ, ਸਾਡੇ ਕਿਸਾਨਾਂ ਦੀ ਸਪਲਾਈ ਨਹੀਂ ਚੱਲ ਰਹੀ ਸੀ, ਇਹ ਕਹਿੰਦਾ ਜੀ ਗ੍ਰਿਡ ਦੇ ਐਕਸੀਅਨ ਨਾਲ ਗੱਲ ਕਰੋ, ਅੱਗੇ ਪਿੱਛੇ ਕਹਿੰਦਾ ਨੀਲੀ ਕਿਤਾਬ ਮੇਰੇ ਕੋਲ ਆ, ਮੇਰੇ ਕੋਲ ਆਓ, ਮੈਂ ਇਹਦਾ ਜਿਹੜਾ ਕਾਨੂੰਨ ਮੈਂ ਦੱਸਾਂਗਾ। ਅਸੀਂ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਜੀ, ਮੈਂ ਬਲਾਕ ਪ੍ਰਧਾਨ ਜਲਾਲਾਬਾਦ ਜੀ, ਮੇਰਾ ਨਾਮ ਪ੍ਰਵੀਨ ਕੁਮਾਰ ਮੋਲਵੀ ਵਾਲਾ ਜੀ। ਜੀ ਅੱਜ ਕੀ ਮਾਮਲਾ ਕੀ ਸੀ, ਜਿਸ ਨੂੰ ਲੈ ਕੇ ਤੁਸੀਂ ਜਿਹੜਾ ਸੰਘਰਸ਼ ਕਰ ਰਹੇ ਹੋ, ਨਾਰੇਬਾਜ਼ੀ ਕਰ ਰਹੇ ਹੋ? ਮਾਮਲਾ ਜੀ, ਜਦੋਂ ਕੋਈ ਵੀ ਕਿਸੇ ਸੀਟ ਤੇ ਬੈਠ ਜਾਂਦਾ ਨਾ, ਉਹ ਥੱਲੇ ਵਾਲੋ ਕੀੜੇ ਮਕੌੜੇ ਲੱਗਣ ਲੱਗ ਜਾਂਦੇ ਨੇ, ਇਦਾਂ ਦਾ ਰਵਈਆ ਐਕਸ਼ਨ ਕੁਮਾਰ ਸਿੰਘ ਦਾ ਜੀ। ਮੁਲਾਜ਼ਮਾਂ ਨਾਲ ਤਾਂ ਗਲਤ ਬੋਲਦਾ ਹੀ ਬੋਲਦਾ ਹੈ, ਜੇ ਕੋਈ ਆਮ ਵਰਗ ਵੀ ਕੰਮ ਕਰਾਉਣ ਵਾਸਤੇ ਆਉਂਦੇ ਨਾ, ਇਹਦਾ ਰਵਈਆ ਇਦਾਂ ਦਾ ਹੀ ਆ, ਪਰ ਇਹਨਾਂ ਵਾਸਤੇ ਬਹੁਤ ਮਾੜਾ, ਇਹਨਾਂ ਵਾਸਤੇ ਬਹੁਤ ਮਾੜੇ ਸ਼ਬਦ ਬੋਲੇ, ਜੋ ਇਹਨਾਂ ਇੰਪਲਾਈਜ਼ ਨੂੰ ਬਹੁਤ ਹੀ ਨਿੰਦਣਯੋਗ ਹੈ, ਵੈਸੇ ਤਾਂ ਕਹਿ ਸਕਦੇ ਹਾਂ ਇਸ ਤੋਂ ਆਪਾਂ ਘਟੀਆ ਨਹੀਂ ਕੁਛ ਕਹਿ ਸਕਦੇ ਜੋ ਇਹਨਾਂ ਕਰਿਆ ਹੈ। ਅੱਜ ਕੀ ਮੰਗ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਸ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ? ਅੱਜ ਅਸੀਂ ਜਿਹੜਾ ਇਹ ਘਟੀਆਪਨ ਦਾ ਬੋਲਦਾ ਹੈ, ਮਾੜੀ ਸ਼ਬਦਾਵਲੀ ਬੋਲਦਾ ਹੈ ਇਸ ਮਸਲੇ 'ਚ, ਇਹ ਜਿਹੜੇ ਸਾਡੇ ਭਰਾ ਨੇ, ਸਾਡੇ ਆਪਦੇ ਭਾਈਚਾਰਕ ਸਾਂਝ ਹੈ, ਇਹਨਾਂ ਅਸੀਂ ਖੜਾਂਗੇ। ਹਾਂ, ਅੱਗੇ ਜੇ ਅੱਜ ਨਾ ਮਾਫੀ ਨਾ ਮੰਗੀ ਜਾਂ ਕੋਈ ਗੱਲਬਾਤ ਨਾ ਹੋਈ, ਅਸੀਂ ਇਹ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ। ਅੱਜ ਤਾਂ ਇੱਕ ਛੋਟਾ ਜਿਹਾ ਮੈਸੇਜ ਹੈ, ਇਸ ਤੋਂ ਬਾਅਦ ਬਲਾਕ ਜ਼ਿਲ੍ਹੇ ਦਾ ਸੂਬੇ ਦੀ ਮਦਦ ਮੰਗਣੀ ਪਈ, ਤਾਂ ਵੀ ਅਸੀਂ ਸੰਘਰਸ਼ ਕਰਾਂਗੇ ਤੇ ਇਹਨੂੰ ਪੂਰੀ ਨੱਥ ਪਾ ਕੇ ਹਟਾ ਲੈ ਕੇ ਚਲੇਗੇ। ਹਰਦੇਵ ਸਿੰਘ ਖਾੜਗੜ ਪੰਜਾਬ ਡਿਸਟ ਨੰਬਰ 24 ਜਲਾਲਾਬਾਦ ਮੈਂਬਰ ਨੇ ਉਹ ਬੈਠੇ ਸੀਗੇ, ਉਹਨਾਂ ਨੂੰ ਜਾ ਕੇ ਹਰਾਸਮੈਂਟ ਬਹੁਤ ਕੀਤਾ, ਜਿਹਦੇ ਕਰਕੇ ਧਮਕਾਇਆ ਵੀ ਅਸੀਂ ਉਹ ਕਰ ਦਿਆਂਗੇ ਆਹ ਕਰ ਦਿਆਂਗੇ, ਪਰ ਸਾਥੀ ਸਾਡੇ ਨੇ ਉਹਨਾਂ ਕਿਹਾ ਵੀ ਕੀ ਹੈ, ਕਿਉਂ ਤੁਸੀਂ ਮੈਨੂੰ ਚੈੱਕ ਕਰੋ, ਮੈਂ ਕੀ ਗਲਤੀ ਕੀਤੀ ਜਿਹਨਾਂ ਤੁਸੀਂ ਮੈਨੂੰ ਚੈੱਕ ਕਰ ਰਹੇ ਹੋ। ਇਸ ਤਰੀਕੇ ਨਾਲ ਉਹਨਾਂ ਨੇ ਆਦਮ ਨੂੰ ਜੀ ਜੀ ਕਰਕੇ ਉਹਨਾਂ ਨੇ ਬੁਲਾਇਆ ਉਹਨੂੰ। ਪਿਛਲੇ ਦਿਨ ਉਹ ਟੰਡੀਆਂ ਨੱਥਾ ਸਿੰਘ ਵਾਲੇ ਤੋਂ ਕੁਝ ਲੋਕ ਕਿਸਾਨ ਸੀਗੇ, ਜਿਨ੍ਹਾਂ ਨੇ ਇੱਕ ਐਪਲੀਕੇਸ਼ਨਾਂ ਵੀ ਭੇਜੀਆਂ ਨੇ ਉਸ ਅਧਿਕਾਰੀਆਂ ਨੂੰ, ਉਹਦੇ 'ਚ ਆਰੋਪ ਲਾਏ ਗਏ ਸੀ ਵੀ ਜਿਹੜਾ ਪਰਮਿਟ ਨਹੀਂ ਦਿੱਤਾ ਗਿਆ। ਆਰੋਪ ਤਾਂ ਜਿਵੇਂ ਮੇਰਾ ਸਾਹਿਬ ਹੈ ਉਹ ਨਹੀਂ ਹੈ ਇਸ ਤਰੀਕੇ ਨਾਲ, ਪਰਮਾ ਜਿਹੜਾ ਬੰਦਾ ਆਥੁਰਾ ਜੀ ਉਹਨੂੰ ਇਹਨਾਂ ਨੇ ਮਤਲਬ ਜਿਹੜੇ ਕਿ ਮਹਿਕਮੇ ਦੀ ਰਾਤ ਮੁਤਾਬਕ ਉਸ ਮੁਤਾਬਕ ਪਰਮਿਟ ਦੇਣਾ ਬਣਦਾ ਸੀਗਾ, ਤੇ ਇੱਕ SDO ਨੇ ਮਤਲਬ ਆਪ ਜ਼ਿੰਮੇਵਾਰੀ ਨਾ ਲੈ ਰਹੇ ਉਹਨਾਂ ਨੂੰ ਕਹਿ ਦਿੱਤਾ
ਵੀ ਤੁਸੀਂ ਪਰਮਿਟ ਲਓ ਜਾ ਕੇ ਉਹ ਅੱਗੇ ਸਾਥੀ ਜਿਹੜਾ ਕਹਿਣ ਲੱਗ ਗਿਆ ਵੀ ਮੇਰੀ ਡਿਊਟੀ ਨਹੀਂ ਬਣਦੀ ਮੇਰੇ ਕੋਲ ਮਤਲਬ ਮੈਂ ਨਹੀਂ ਲੈ ਸਕਦਾ ਇਹ ਕਿਹੜਾ ਜਈ ਗਿਆ ਸੀ ਪਰਮਿਟ ਲੈਣ ਵਾਸਤੇ ਇਹ ਅਧਿਕਾਰ ਤੁਸੀਂ ਏਰੀਆ ਜਈ ਸੀਗਾ ਨਹੀਂ ਜੀ ਅਧਿਕਾਰ ਤੇ ਏਰੀਆ ਨਹੀਂ ਸੀ ਪਰ ਉਹਨਾਂ ਵੱਲੋਂ ਰੋਕ ਲਾਇਆ ਗਿਆ ਸੀ ਉਸ ਨੂੰ ਐਪਲੀਕੇਸ਼ਨ ਦੇ ਵਿੱਚ ਤੁਹਾਡੇ ਤੇ ਬੁਲਾਇਆ ਗਿਆ ਸੀ ਜਿਹੜਾ ਨਾਮ ਜਈ ਹੈ ਉਹ ਪ੍ਰਧਾਨ ਦੇ ਕਹਿਣ ਤੇ ਕੰਮ ਨਹੀਂ ਜੀ ਨਹੀਂ ਇਸ ਤਰ੍ਹਾਂ ਕੋਈ ਗੱਲ ਨਹੀਂ ਕਦੇ ਵੀ ਜਥੇਬੰਦੀ ਇਹ ਕਿ ਮਹਿਕਮੇ ਦੀ ਹਦਾਇਤਾਂ ਮੁਤਾਬਕ ਹੀ ਚੱਲਣਾ ਹੁੰਦਾ ਇਹ ਹੁਣ ਧਰਨਾ ਕਿੰਨੇ ਦਿਨ ਚੱਲੇਗਾ ਜੀ ਇਸ ਮਾਮਲੇ ਇਹ ਧਰਨਾ ਹੁਣ ਇਹ ਦੇ ਸੰਬੰਧ ਵਿੱਚ ਅਗਰ ਜਿਹੜੀ ਹੈ ਕਿ ਜਥੇਬੰਦੀ ਸਾਰਾ ਉਹ ਲਿਖੇਗੀ ਉਹ ਸਟੇਟ ਸਟੇਟ ਪੱਧਰ ਤੇ ਗੱਲਬਾਤ ਕਰਕੇ ਜ਼ੋਨ ਪੱਧਰ ਤੇ ਗੱਲਬਾਤ ਕਰਕੇ ਸਰਕਲ ਪੱਧਰ ਤੇ ਗੱਲਬਾਤ ਕਰਕੇ ਉਹਦਾ ਜਿਵੇਂ ਕਾਰਵਾਈ ਕਰਦੇ ਹਨ ਕੀ ਚਾਹੁੰਦੇ ਕਿ ਉਹ ਇਹਨਾਂ ਅਧਿਕਾਰੀ ਅਸੀਂ ਤਾਂ ਇਹੀ ਜਾਣਦੇ ਹਾਂ ਕਿ ਜਿਹੜੀ ਜਿਹੜੀ ਉਹਨਾਂ ਨੇ ਲਿਖਤੀ ਦਿੱਤਾ ਸੀ ਬੇਨਤੀ ਪੱਤਰ ਦਿੱਤਾ ਹੈ ਅਸੀਂ ਕੋਈ ਧਮਕਾਇਆ ਨਹੀਂ ਬੇਨਤੀ ਪੱਤਰ ਦਿੱਤਾ ਹੈ ਕਿ ਜਿਹਦੇ ਆ ਕੇ ਸਾਡੇ ਨਾਲ ਗੱਲਬਾਤ ਟੇਬਲ ਟਾਕ ਕਰੋ ਜਿਹਦੇ ਨਾਲ ਜੇ ਮਸਲਾ ਹੱਲ ਕੀਤਾ ਜਾਵੇ ਕੋਈ ਐਪਲੀਕੇਸ਼ਨ ਭੇਜੀ ਗਈ ਸੀ ਪਹਿਲਾਂ ਕੋਈ ਹਾਂਜੀ ਹਾਂਜੀ ਕਿੰਨੀ ਤਰੀਕ ਨੂੰ ਭੇਜੀ 3 ਤਰੀਕ ਨੂੰ ਰਾਤ ਨੂੰ ਜਿਹੜਾ ਹੋਇਆ 4 ਤਰੀਕ ਨੂੰ ਅਸੀਂ ਭੇਜਤਾ ਕਿਉਂਕਿ ਸਾਡੇ ਜਿਹੜੇ ਸਾਥੀ ਨੂੰ ਜਾ ਕੇ ਧਮਕਾਇਆ ਵੀ ਜਿਹੜੇ ਤੋਂ ਕਰ ਦਾਂਗੇ ਆ ਕਰ ਦਾਂਗੇ ਇਹਦੇ ਕੰਨ ਕੇ ਉਹਨਾਂ ਸਾਥੀ ਸਾਨੂੰ ਲਿਖ ਕੇ ਦਿੱਤਾ ਕਿ ਤੁਸੀਂ ਇਹਦੇ ਬਾਰੇ ਕਾਰਵਾਈ ਕਰੋ ਇਹਦੇ ਨਾਲ ਮੈਨੂੰ ਨਿਆਂ ਮਿਲ ਸਕੇ ਅਜਮਾਨ ਸਿੰਘ ਨੂੰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੋਸਤੋ ਗੱਲਾਂ ਮੈਂ ਕ੍ਰਿਸ਼ਨ ਭਾਰਤ ਦਾ ਜਨ ਸੰਘ ਦੇ ਪੰਜਾਬ चलते गुरदासपुर भी पंगा लिया डिवीजन कमेटी गुरदासपुर बाबा कुलविंदर सिंह जी उत्थे भी दखलंदाजी की पीएम भज्जा इन्हें कोई रोल नहीं साडे ग्रेड दे विच माफी मंगे डेढ़ घंटे ने सारा समान खिलारता चार खंड डब्बे तक खिलारते उन्हें बेइज्जत किया गया इन्हें खिलाफ जी कार्रवाई है वह भी हो बाकी माफी मंगे तो काम समाप्त हो सकता है नहीं तो ये चंगारी इन्हें लाई इतने ये सारे पंजाब च फैलू ग्रिड सबस्टेशन यूनियन वालों का मुद्दा चक्या गया सी कि साढ़े तो ड्यूटी क्यों ले रहे हो ये इन्होंने कोई टंडी कदीम दे विच लाइन डिगी सी चलती हुई लाइन है जिहड़ी कि पब्लिक ने फोन करने के बावजूद भी जिहड़ा ड्यूटी ते तनाव जेई हैगा सी उहने लाइन बंद नहीं की उस उपरंत ड्यूटी तनाव बंदे ने आप ही फोन करके एस टी दे ध्यान च लिया कि लाइन चलती हुई डिगी हुई है जी तुसी जेई भेजो एस टी वालों जेई भेजण दे बावजूद उसनु फिर मना कर दिता गया कि इहनू असी परमिट नहीं देना जिहड़े बंदे कोल एरिया हैगा उसे नू भेजा जावे इस दौरान कोई भी अनसुखामी घटना वापर सकती सी जिस दे मद्देनजर एस टी ओ वालों ग्रिड सबस्टेशन ते एक मैसेज बुक हुंदी है उहदे विच उहनू दस्सिया गया कि मेरे वालों एस टी ओ वालों मैसेज लिख लो कि गुरबचन सिंह जेई नू ऑथराइज कीता जांदा लाइन बंद कर दिओ अनसुखामी घटना ना वापर सके चलाउण वेले ऑथराइज्ड जेई भेज दिता जाए लाइन केड़ी सी खेतां वाली सी जां हाई वोल्टेज लाइन सी खेतां वाली लाइन सी 11 केवी दी लाइन सी टंडी कदीम पिंड दे लागे डिग्गी होई सी सर एक कुछ रोक ला रहे ने कहंदे ने वी जिहड़ा कि सानू ड्राइव धमकाया गया जाके ब्रिज दे अंदर जाके साडे समान खाया गया ये कई वार ना बंदे झूठ बोलण दे आदी हुंदे ने जिस दे तहत जिवें कि पिछले कई दिनों तो खपतकारा वालों मोहतबर सज्जणा वालों भी दस्या जा रहा भी बिजली घर का स्टाफ जिहड़ा एस डी ओ समेत मुलाजम यह दारू पी के सौं जांदे ने ना कोई सप्लाई बंद करते हैं ना ही साडी गल सुणदे ने उस तहत ही जदों लाइन नहीं बंद की गई बार बार कहण के बावजूद तो सानू ये शक सी हो सकता कितने ये नशा करके बैठे होण जां ड्यूटी क्यों नहीं आपकी परफॉर्म कर ले उहदे संबंधी जदों चार घंटे लगातार लाइन बंद नहीं की गई तो जदों इन्हां दे एस टी ओ नूं एक्सए नूं असीं कहा भी लाइन बंद करवाओ जां अपने स्टाफ नूं चैक करो तो एस टी ओ जिहड़ा बिजली घर दा उहने ये गल की कि मैं नहीं जा सकता मैं जाण दी हालत विच नहीं की प्रॉब्लम सी इस बारे उहने नहीं दस्सिया कोई एरिया दे लोकां ने शिकायत दित्ती जिन्हां प्रति जी बिल्कुल एरिया दे शिकायत जिहड़े पब्लिक रिस्क विच रहे ने उन्हें सारा कुछ लिख के दिता इत्थों तक कि थाने भी उन्हें लिख के दिता
कि इन्होंने साडू सारे पिंड नूं खतरे विच पा के रखिया, इन्हां ते बनदी पुलिस कार्रवाई की जाए। ये संबंधी उन्होंने बिजली मंत्री मुख्यमंत्री सारी अथॉरिटियां नूं चीफ एसी साहब एक कापी मेरे दफ्तर भी उन्होंने लिखती भेजी है। बिजली मुलाजमान का कहना जी उच्च जे 3 तरीक की रात में घटना वापरी, 4 नूं अपने उच्च अधिकारियों ने इस प्रति जाणू करवा चुके हैं। किस संबंधी जाणू करवाई है सानू इन्हां नूं खराब कीता गया साडी ड्यूटी दौरान? सानू ड्यूटी ये तो बिजली घर है गया ड्यूटी दौरान सानू ड्यूटी ये तो बिजली घर है गया पब्लिक नूं असीं जवाब दे हुंदे आ जिहड़े फील्ड दे अफसर ने जेई एस डी ओ जिहड़े एरिए दे विच कोई सप्लाई बंद हुंदी आ उहदे जिम्मेवार जेई एस डी ओ डिस्ट्रीब्यूशन दे हुंदे ने। ਇਹ ਤਾਂ ਸਿਰਫ ਜੋ ਵੀ ਇਹਨਾਂ ਨੇ ਆਰਡਰ ਕਰਨਾ ਹੈ ਕਿ ਸਪਲਾਈ ਬੰਦ ਕਰੋ ਜਾਂ ਚਲਾਓ, ਅਨਧਿਕਾਰ ਤੇ ਜਈ ਸੀਗਾ ਸਾਨੂੰ ਕਾਨੂੰਨ ਮੁਤਾਬਕ ਅਸੀਂ ਇਹਨੂੰ ਪਰਮਿਟ ਨਹੀਂ ਦੇ ਸਕਦੇ। ਸ਼ਾਇਦ ਜਿਹੜੇ ਸੱਜਣ ਦੀ ਤੁਸੀਂ ਗੱਲ ਕਰ ਰਹੇ ਹੋ ਅਨਧਿਕਾਰ ਤੇ ਉਹਦੇ ਕੋਲੋਂ ਡੈਜਿਗਨੇਸ਼ਨ ਉਹਦਾ ਪੁੱਛਿਓ, ਉਹਦੀ ਪੋਸਟ ਪੁੱਛਿਓ ਕਿਹੜੇ ਰੂਲ ਦੇ ਤਹਿਤ ਹੈਗਾ। ਇਵਨ ਕਿ ਉਹਨਾਂ ਨੇ ਆਪਣੇ ਬਿਜਲੀ ਘਰ ਦੇ ਵਿੱਚ ਵੀ ਕੋਈ ਕੰਮ ਕਰਨਾ ਹੁੰਦਾ ਤੇ ਉਹ ਮਨਜ਼ੂਰੀ ਸਾਡੇ ਕੋਲੋਂ ਲੈਂਦੇ ਨੇ। ਸਰ ਇੱਕ ਕਿਸਾਨ ਜਿਹੜੇ ਬੰਦੀਆਂ ਵੀ ਅੱਜ ਹਮਾਇਤ ਤੇ ਉਤਰੀਆਂ ਨੇ ਉਹ ਕੋਈ ਨੀਲੀ ਡੈਰੀ ਦਾ ਵੀ ਤੁਹਾਡੇ ਤੇ ਰੋਪ ਲਾਉਂਦੀਆਂ ਵੀ ਨੀਲੀ ਡੈਰੀ ਵਿਖਾਈ ਜਾਂਦੀ ਸਾਨੂੰ ਹਰ ਵਾਰ ਐਸਾ? ਮੈਨੂੰ ਲੱਗਦਾ ਵੀ ਕੁਛ ਗੱਲ ਕਹਿਣ ਜਾਂ ਸਮਝਣ 'ਚ ਫਰਕ ਹੋਣਾ। ਪਬਲਿਕ ਤਾਂ ਸਾਰੀ ਇਹ ਕਹਿ ਰਹੀ ਸੀ ਵੀ ਸਾਨੂੰ ਇਹਨਾਂ ਰਿਸਕ 'ਚ ਪਾਇਆ, ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਖੁਦ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਆ। ਹੁਣ ਜਥੇਬੰਦੀਆਂ ਕਿਹੜੀਆਂ ਨੇ, ਕਈਆਂ ਨੂੰ ਗੁੰਮਰਾਹ ਵੀ ਕੀਤਾ ਜਾਂਦਾ, ਕਈਆਂ ਨੂੰ ਪਤਾ ਨਹੀਂ ਹੁੰਦਾ, ਉਹ ਤਾਂ ਤੁਸੀਂ ਉਹਨਾਂ ਤੋਂ ਪੁੱਛਣਾ ਸੀ ਕਿ ਮਾਮਲਾ ਕੀ ਆ। ਹਾਂ ਗੱਲ ਇਹ ਆ ਵੀ ਕਈ ਜਥੇਬੰਦੀਆਂ ਸਾਡੇ ਕੋਲ ਆ ਜਾਂਦੀਆਂ ਫਾਈਲਾਂ ਲੈ ਕੇ ਵੀ ਜੀ ਆਹ ਕੰਮ ਕਰੋ, ਉਹਨਾਂ ਨੂੰ ਇੱਕ ਗੱਲ ਦੱਸੀ ਹੋਈ ਆ ਕਿ ਸਾਡਾ ਸਟਾਫ ਬੈਠਾ ਇਹਨਾਂ ਕੋਲੇ, ਇੱਕ ਸਾਡੀ ਕਾਨੂੰਨ ਦੀ ਕਿਤਾਬ ਹੈ ਜਿਹਦਾ ਰੰਗ ਨੀਲੇ ਰੰਗ ਦਾ, ਇਲੈਕਟ੍ਰੀਕਲ ਸਪਲਾਈ ਇੰਸਟਰਕਸ਼ਨ ਮੈਨੂਅਲ, ਉਹ ਹੁਣ ਪੰਜਾਬੀ ਇੰਗਲਿਸ਼ ਨਹੀਂ ਸਮਝ ਪਾਉਂਦੇ, ਉਹਨਾਂ ਨੂੰ ਰੰਗ ਦੱਸਿਆ, ਉਹਨਾਂ ਨੂੰ ਕਿਤਾਬ ਕਹੀ ਆ ਕਾਨੂੰਨ ਦੀ ਕਿਤਾਬ ਵੀ ਜੋ ਇਹਦੇ ਵਿੱਚ ਹੋਏਗਾ ਉਹਦੇ ਲਈ ਮੇਰੇ ਦਫ਼ਤਰ ਕਿਸੇ ਨੂੰ ਉਲਾਮਾ ਨਹੀਂ ਆਏਗਾ, ਕੰਮ ਰੁਕੇਗਾ। ਬਾਕੀ ਪੰਜਾਬ 'ਚ ਹੋਵੇ ਨਾ ਹੋਵੇ ਉਸ ਗੱਲ ਲਈ ਮੈਂ ਸ਼ਿਓਰਟੀ ਦਿੰਦਾ ਕਿ ਜੋ ਕੰਮ ਤੁਹਾਡਾ ਰੁਕਿਆ ਵੀ ਮੈਂ ਨਹੀਂ ਕਹਿੰਦਾ ਇਹ ਹੋਣ ਵਾਲਾ ਕਿ ਨਹੀਂ, ਬਾਹਰ ਸਟਾਫ ਜੋ ਬੈਠਾ ਆਹ ਕਿਤਾਬ ਲੈ ਲਓ, ਇਹਦੇ ਵਿੱਚ ਕਾਨੂੰਨ ਵੇਖ ਲਓ, ਜੋ ਕਾਨੂੰਨ 'ਚ ਆਉਂਦਾ ਹੋਏਗਾ ਉਹ ਕੰਮ ਜ਼ਰੂਰ ਹੋਏਗਾ। ਜਿਹੜਾ ਬੰਦਿਆਂ ਦਾ ਸਰ ਕਹਿਣਾ ਹੈ ਵੀ ਅਕਸਰ ਸਾਹਿਬ ਪ੍ਰਾਈਵੇਟ ਬੰਦਿਆਂ ਦੇ ਇਸ਼ਾਰੇ ਤੇ ਚੱਲਦੇ ਨੇ, ਦਫ਼ਤਰਾਂ ਨੇ ਜਦੋਂ ਪ੍ਰਾਈਵੇਟ ਬੰਦੇ ਬੈਠੇ ਹੁੰਦੇ ਨੇ ਉਹ ਸਰ ਕੌਣ ਨੇ ਜਿਹਦੇ ਬਾਰੇ ਮਾੜਾ ਜਿਹਾ? ਮੇਰੇ ਨਹੀਂ ਧਿਆਨ 'ਚ, ਜੇ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੈਗਾ ਤਾਂ ਮੈਨੂੰ ਦੱਸਣ ਪ੍ਰਾਈਵੇਟ ਬੰਦੇ ਕਿਹੜੇ ਨੇ। ਉਹ ਘੱਟੋ ਘੱਟ ਜੇ ਆਹਮੋ ਸਾਹਮਣੇ ਵੀ ਕਰ ਸਕਦੇ ਕਿਹੜਾ ਪ੍ਰਾਈਵੇਟ ਬੰਦਾ ਕਿਹੜੇ ਬੰਦੇ ਦੇ ਇਸ਼ਾਰੇ ਤੇ ਹੈਗਾ। ਮੈਂ ਖੁਦ ਅਫੀਸਰ ਹਾਂ ਤੇ ਮੈਨੂੰ ਕਿਸੇ ਦੇ ਇਸ਼ਾਰੇ ਦੀ ਕਿਉਂ ਜ਼ਰੂਰਤ ਹੈਗੀ ਆ? ਤੇ ਇਹ ਤਾਂ ਬਿਜਲੀ ਘਰ ਹੈਗੇ ਆ, ਪਬਲਿਕ ਨੂੰ ਅਸੀਂ ਜਵਾਬ ਦੇ ਹੁੰਦੇ ਆ ਜਿਹੜੇ ਫੀਲਡ ਦੇ ਅਫਸਰ ਨੇ ਜੇਈ ਐਸ ਡੀ ਓ, ਜਿਹੜੇ ਏਰੀਏ ਦੇ ਵਿੱਚ ਕੋਈ ਸਪਲਾਈ ਬੰਦ ਹੁੰਦੀ ਆ ਉਹਦੇ ਜ਼ਿੰਮੇਵਾਰ ਜੇਈ ਐਸ ਡੀ ਓ ਡਿਸਟ੍ਰੀਬਿਊਸ਼ਨ ਦੇ ਹੁੰਦੇ ਨੇ। ਇਹ ਤਾਂ ਸਿਰਫ ਜੋ ਵੀ ਇਹਨਾਂ ਨੇ ਆਰਡਰ ਕਰਨਾ ਹੈ ਕਿ ਸਪਲਾਈ ਬੰਦ ਕਰੋ ਜਾਂ ਚਲਾਓ, ਅਨਧਿਕਾਰ ਤੇ ਜੇਈ ਸੀਗਾ ਸਾਨੂੰ ਕਾਨੂੰਨ ਮੁਤਾਬਕ ਅਸੀਂ ਇਹਨੂੰ ਪਰਮਿਟ ਨਹੀਂ ਦੇ ਸਕਦੇ। ਸ਼ਾਇਦ ਜਿਹੜੇ ਸੱਜਣ ਦੀ ਤੁਸੀਂ ਗੱਲ ਕਰ ਰਹੇ ਹੋ ਅਨਧਿਕਾਰ ਤੇ ਉਹਦੇ ਕੋਲੋਂ ਡੈਜਿਗਨੇਸ਼ਨ ਉਹਦਾ ਪੁੱਛਿਓ, ਉਹਦੀ ਪੋਸਟ ਪੁੱਛਿਓ ਕਿਹੜੇ ਰੂਲ ਦੇ ਤਹਿਤ ਹੈਗਾ। ਈਵਨ ਕਿ ਉਹਨਾਂ ਨੇ ਆਪਣੇ ਬਿਜਲੀ ਘਰ ਦੇ ਵਿੱਚ ਵੀ ਕੋਈ ਕੰਮ ਕਰਨਾ ਹੁੰਦਾ ਤੇ ਉਹ ਮਨਜ਼ੂਰੀ ਸਾਡੇ ਕੋਲੋਂ ਲੈਂਦੇ ਨੇ। ਸਰ ਇੱਕ ਕਿਸਾਨ ਜਿੱਥੇ ਬੰਦੀਆਂ ਵੀ ਅੱਜ ਹਮਾਇਤ ਤੇ ਉਤਰੀਆਂ ਨੇ ਉਹ ਕੋਈ ਨੀਲੀ ਡੈਰੀ ਦਾ ਵੀ ਤੁਹਾਡੇ ਤੇ ਰੋਪ ਲਾਉਂਦੀਆਂ ਵੀ ਨੀਲੀ ਡੈਰੀ ਵਿਖਾਈ ਜਾਂਦੀ ਸਾਨੂੰ ਹਰ ਵਾਰ ਐਕਸ਼ਨ? ਮੈਨੂੰ ਲੱਗਦਾ ਵੀ ਕੁਛ ਗੱਲ ਕਹਿਣ ਜਾਂ ਸਮਝਣ 'ਚ ਫਰਕ ਹੋਣਾ। ਪਬਲਿਕ ਤਾਂ ਸਾਰੀ ਇਹ ਕਹਿ ਰਹੀ ਸੀ ਵੀ ਸਾਨੂੰ ਇਹਨਾਂ ਰਿਸਕ 'ਚ ਪਾਇਆ, ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਖੁਦ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਆ। ਹੁਣ ਜਥੇਬੰਦੀਆਂ ਕਿਹੜੀਆਂ ਨੇ, ਕਈਆਂ ਨੂੰ ਗੁੰਮਰਾਹ ਵੀ ਕੀਤਾ ਜਾਂਦਾ, ਕਈਆਂ ਨੂੰ ਪਤਾ ਨਹੀਂ ਹੁੰਦਾ, ਉਹ ਤਾਂ ਤੁਸੀਂ ਉਹਨਾਂ ਤੋਂ ਪੁੱਛਣਾ ਸੀ ਕਿ ਮਾਮਲਾ ਕੀ ਆ। ਹਾਂ ਗੱਲ ਇਹ ਆ ਵੀ ਕਈ ਜਥੇਬੰਦੀਆਂ ਸਾਡੇ ਕੋਲ ਆ ਜਾਂਦੀਆਂ ਫਾਈਲਾਂ ਲੈ ਕੇ ਵੀ ਜੀ ਆਹ ਕੰਮ ਕਰੋ, ਉਹਨਾਂ ਨੂੰ ਇੱਕ ਗੱਲ ਦੱਸੀ ਹੋਈ ਆ ਕਿ ਸਾਡਾ ਸਟਾਫ ਬੈਠਾ ਇਹਨਾਂ ਕੋਲੇ, ਇੱਕ ਸਾਡੀ ਕਾਨੂੰਨ ਦੀ ਕਿਤਾਬ ਹੈ ਜਿਹਦਾ ਰੰਗ ਨੀਲੇ ਰੰਗ ਦਾ, ਇਲੈਕਟ੍ਰੀਕਲ ਸਪਲਾਈ ਇੰਸਟਰਕਸ਼ਨ ਮੈਨੂਅਲ, ਉਹ ਹੁਣ ਪੰਜਾਬੀ ਇੰਗਲਿਸ਼ ਨਹੀਂ ਸਮਝ ਪਾਉਂਦੇ, ਉਹਨਾਂ ਨੂੰ ਰੰਗ ਦੱਸਿਆ, ਉਹਨਾਂ ਨੂੰ ਕਿਤਾਬ ਕਹੀ ਆ ਕਾਨੂੰਨ ਦੀ ਕਿਤਾਬ ਵੀ ਜੋ ਇਹਦੇ ਵਿੱਚ ਹੋਏਗਾ ਉਹਦੇ ਲਈ ਮੇਰੇ ਦਫ਼ਤਰ ਕਿਸੇ ਨੂੰ ਉਲਾਮਾ ਨਹੀਂ ਆਏਗਾ, ਕੰਮ ਰੁਕੇਗਾ। ਬਾਕੀ ਪੰਜਾਬ 'ਚ ਹੋਵੇ ਨਾ ਹੋਵੇ ਉਸ ਗੱਲ ਲਈ ਮੈਂ ਸ਼ਿਓਰਟੀ ਦਿੰਦਾ ਕਿ ਜੋ ਕੰਮ ਤੁਹਾਡਾ ਰੁਕਿਆ ਵੀ ਮੈਂ ਨਹੀਂ ਕਹਿੰਦਾ ਇਹ ਹੋਣ ਵਾਲਾ ਕਿ ਨਹੀਂ, ਬਾਹਰ ਸਟਾਫ ਜੋ ਬੈਠਾ ਆਹ ਕਿਤਾਬ ਲੈ ਲਓ, ਇਹਦੇ ਵਿੱਚ ਕਾਨੂੰਨ ਵੇਖ ਲਓ, ਜੋ ਕਾਨੂੰਨ 'ਚ ਆਉਂਦਾ ਹੋਏਗਾ ਉਹ ਕੰਮ ਜ਼ਰੂਰ ਹੋਏਗਾ। ਜਿਹੜਾ ਬੰਦਿਆਂ ਦਾ ਸਰ ਕਹਿਣਾ ਹੈ ਵੀ ਅਕਸਰ ਸਾਹਿਬ ਪ੍ਰਾਈਵੇਟ ਬੰਦਿਆਂ ਦੇ ਇਸ਼ਾਰੇ ਤੇ ਚੱਲਦੇ ਨੇ, ਦਫ਼ਤਰਾਂ ਨੇ ਜਦੋਂ ਪ੍ਰਾਈਵੇਟ ਬੰਦੇ ਬੈਠੇ ਹੁੰਦੇ ਨੇ ਉਹ ਸਰ ਕੌਣ ਨੇ ਜਿਹਦੇ ਬਾਰੇ ਮਾੜਾ ਜਿਹਾ? ਮੇਰੇ ਨਹੀਂ ਧਿਆਨ 'ਚ, ਜੇ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੈਗਾ ਤਾਂ ਮੈਨੂੰ ਦੱਸਣ ਪ੍ਰਾਈਵੇਟ ਬੰਦੇ ਕਿਹੜੇ ਨੇ। ਉਹ ਘੱਟੋ ਘੱਟ ਜੇ ਆਹਮੋ ਸਾਹਮਣੇ ਵੀ ਕਰ ਸਕਦੇ ਕਿਹੜਾ ਪ੍ਰਾਈਵੇਟ ਬੰਦਾ ਕਿਹੜੇ ਬੰਦੇ ਦੇ ਇਸ਼ਾਰੇ ਤੇ ਹੈਗਾ। ਮੈਂ ਖੁਦ ਅਫੀਸਰ ਹਾਂ ਤੇ ਮੈਨੂੰ ਕਿਸੇ ਦੇ ਇਸ਼ਾਰੇ ਦੀ ਕਿਉਂ ਜ਼ਰੂਰਤ ਹੈਗੀ ਆ? ਤੇ ਇਹ ਵੀ ਨਹੀਂ ਕਿ ਮੈਂ ਪ੍ਰਮੋਟ ਹੋ ਕੇ ਆਇਆ ਜਾਂ ਲਾਈਨ ਮੈਨੇ ਜੇਈ ਤੋਂ ਬਣਿਆ ਹੋਵਾਂ। ਮੈਂ ਖੁਦ
ਗਜ਼ਟਡ ਪੋਸਟ ਤੇ ਡਾਇਰੈਕਟ ਆਇਆ ਮੈਨੂੰ ਕਿਹਦੀ ਜ਼ਰੂਰਤ ਹੋ ਸਕਦੀ ਸਰ ਲਾਸਟ ਮੇਰਾ ਸਵਾਲ ਹੈ ਜੀ ਜਿਹੜਾ ਧਰਨਾ ਚੱਲ ਰਿਹਾ ਹੁਣ ਇਸ ਦਾ ਹੱਲ ਕਿਵੇਂ ਹੋਵੇਗਾ ਜੀ ਆਉਣ ਵਾਲੇ ਹੱਲ ਇਹ ਧਰਨਾ ਹੁਣ ਇਹਦਾ ਕਾਨੂੰਨੀ ਹੈ ਗੈਰ ਕਾਨੂੰਨੀ ਅੱਜ ਤੱਕ ਸਾਨੂੰ ਅਥਰਾਈਜ਼ਡ ਜਿਹੜਾ ਜਥੇਬੰਦੀ ਦਾ ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत।